اگر آپ نے نئی اور تازہ خبریں دیکھنے کے لیے دیویا پنجاب ٹی وی کو سبسکرائب نہیں کیا تو کرپیا ضرور کریں ساتویں دے سریڈک شوشن دے دوش وچ 20 سال دی سزا ملن تو بعد ڈیرہمکھھی دے نئے ਉتر ادھکاری دا ترنت اعلان بارے کوئی تجویض نہیں ہے خبر ایجنسی دے خلاصے مطابق ڈیرہ سوترا نے સ્પષ્ટ کیتا ہے کہ فی الحال ڈیرے دا کوئی بھی نوما مکھ نہیں بنے گا ਖਬਰ ਏਜੰਸੀ ਦੇ ਸੂਤਰਾਂ ਮੁਤਾਬਕ ਬੇਸ਼ੱਕ ਡੇਰਾ ਮੁਖੀ ਨੂੰ ਸਾਧਵੀਆਂ ਦੇ ਬਲਾਤਕਾਰ ਮਾਮਲੇ ਵਿੱਚ ਸਜ਼ਾ ਹੋਈ ਏ ਪਰ ਉਹ ਸੀਬੀਆਈ ਅਦਾਲਤ ਦੇ ਫੈਸਲੇ ਖਿਲਾਫ ਹਾਈ ਕੋਰਟ ਜਾਣਗੇ ਜੇ ਇੱਥੇ ਵੀ ਗੱਲ ਨਾ ਬਣੀ ਤਾਂ ਉਹ ਸੁਪਰੀਮ ਕੋਰਟ ਜਾਣਗੇ ਡੇਰਾ ਦੇ ਪਰੋਕਾਰਾਂ ਨੂੰ ਪੂਰੀ ਉਮੀਦ ਹੈ ਕਿ ਡੇਰਾ ਮੁਖੀ ਜੇਲ੍ਹ ਤੋਂ ਰਿਹਾਅ ਹੋ ਕੇ ਮੁੜ ਡੇਰੇ ਦੀ ਅਗਵਾਈ ਕਰਨਗੇ ਅੰਦਰੂਨੀ ਸੂਤਰਾਂ ਮੁਤਾਬਕ ਡੇਰਾ ਮੁਖੀ ਦੇ ਵਿਸ਼ਵਾਸ ਰੱਖਣ ਵਾਲਿਆਂ ਨੂੰ ਡੇਰੇ ਨਾਲ ਜੋੜੀ ਰੱਖਣ ਲਈ ਸੰਧੀ ਦੀ ਜ਼ਰੂਰਤ ਹੈ ਇਸ ਤਹਿਤ ਡੇਰੇ ਨਾਲ ਜੁਡੀਸ਼ਲ ਧਾਲੂਆਂ ਨੂੰ ਨਿਰਦੇਸ਼ ਤੇ ਪ੍ਰਬੰਧਕ ਮਾਮਲਿਆਂ ਰਾਹੀਂ ਫੈਸਲੇ ਲੈਣ ਦੇ ਉੱਤੇ ਗੌਰ ਕੀਤਾ ਜਾ ਰਿਹਾ ਹੈ। ਉਹਨਾਂ ਮੁਤਾਬਕ ਡੇਰਾ ਮੁਖੀ ਜੇਲ੍ਹ ਰਹਿੰਦੇ ਹੋਏ ਆਪਣੇ ਪਰਿਵਾਰ ਰਾਹੀਂ ਡੇਰੇ ਨਾਲ ਜੁੜੇ ਰਹਿਣਗੇ ਤੇ ਪੈਰੋਕਾਰਾਂ ਨੂੰ ਸਮੇਂ-ਸਮੇਂ ਤੇ ਨਿਰਦੇਸ਼ ਦਿੰਦੇ ਰਹਿਣਗੇ। ਜਿਕਰਯੋਗ ਹੈ ਕਿ ਡੇਰਾ ਮੁਖੀ ਗੁਰਮੀਤ RAM ਰਹੀਮ ਨੂੰ ਬਲਤਕਾਰ ਦਾ ਦੋਸ਼ੀ ਠਹਿਰਾਏ ਜਾਣ ਮਗਰੋਂ ਡੇਰਾ ਸੱਚਾ ਸੌਦਾ ਦੀ ਕਰੋੜਾਂ ਦੀ ਜਾਇਦਾਦ ਤੇ ਪੈਰੋਕਾਰਾਂ ਦੀ ਅਗਵਾਈ ਨੂੰ ਲੈ ਕੇ ਬੇਯਕੀਨੀ ਵਾਲਾ ਮਾਹੌਲ ਹੈ ਸੰਜੀਵ ਮਹਿਤਾ ਮੁੱਖ ਸੰਪਾਦਕ ਦਿਵਿਆ ਪੰਜਾਬ ਟੀਵੀ